ਧਿਆਨ ਰੱਖਣ ਯੋਗ ਗੱਲਾਂ ਨੰਬਰ 1 ਜਿੰਨਾ ਔਰਤਾਂ ਨੂੰ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ ਉਹ ਮੱਝ ਦੇ ਕੱਚੇ ਦੁੱਧ ਦਾ ਸੇਵਨ ਕਰਨ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਪ੍ਰੈਗਨੈਂਸੀ ਤੋਂ ਬਾਅਦ ਅਦਰਕ ਅਤੇ ਡਰਾਈ ਫਰੂਟ ਦਾ ਹਲਵਾ ਖਾਣਾ ਚਾਹੀਦਾ ਹੈ ਇਸ ਨਾਲ ਪ੍ਰੈਗਨੈਂਸੀ ਵਿੱਚ ਕਮਜ਼ੋਰ ਹੋਇਆ ਸਰੀਰ ਮਜ਼ਬੂਤ ਹੋ ਜਾਂਦਾ ਹੈ ਨੰਬਰ 3 ਨਿਯਮਤ ਰੂਪ ਵਿੱਚ ਅਦਰਕ ਖਾਣ ਨਾਲ ਇਨਸਾਨ ਕਦੇ ਵੀ ਬਿਮਾਰੀ ਦਾ ਜਲਦੀ ਮੂੰਹ ਨਹੀਂ ਦੇਖਦਾ ਨੰਬਰ 4 ਟਮਾਟਰ ਉੱਤੇ ਥੋੜ੍ਹਾ ਜਿਹਾ ਸ਼ਹਿਦ ਲਗਾ ਕੇ ਚਿਹਰੇ ਉੱਪਰ ਮਸਾਜ ਕਰਨ ਨਾਲ ਸਕਿਨ ਮੁਲਾਇਮ ਹੋ ਜਾਂਦੀ ਹੈ ਅਤੇ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ ਨੰਬਰ 5 ਪਿਆਜ਼ ਨੂੰ ਛਿੱਲ ਕੇ ਕੁਝ ਦੇਰ ਫਰਿੱਜ ਵਿੱਚ ਰੱਖੋ ਇਸ ਤਰ੍ਹਾਂ ਕਰਨ ਨਾਲ ਪਿਆਜ਼ ਕੱਟਦੇ ਸਮੇਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਣਗੇ ਨੰਬਰ 6 ਕੱਚੇ ਫਲ ਅਤੇ ਕੱਚੀਆਂ ਰੋਟੀਆਂ ਖਾਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 7 ਖਾਣਾ ਹਮੇਸ਼ਾ ਚੱਬ ਚੱਬ ਅਤੇ ਠਹਿਰ ਠਹਿਰ ਕੇ ਖਾਣ ਨਾਲ ਵਜ਼ਨ ਘੱਟ ਹੋਣ ਲੱਗ ਜਾਂਦਾ ਹੈ ਨੰਬਰ 8 ਗਰਮ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 9 ਹਲਦੀ ਵਾਲਾ ਦੁੱਧ ਪੀਣ ਵਾਲੇ ਇਨਸਾਨ ਨੂੰ ਸੱਪ ਬਿੱਛੂ ਦਾ ਜ਼ਹਿਰ ਜਲਦੀ ਅਸਰ ਨਹੀਂ ਕਰਦਾ ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਜੈਤੂਨ ਦੇ ਤੇਲ ਨੂੰ ਹੱਥਾਂ 'ਤੇ ਲਗਾ ਕੇ ਅੱਖਾਂ ਉੱਪਰ ਮਲ ਲਓ ਅੱਖਾਂ ਜਵਾਨ ਹੋਣ ਲੱਗ ਜਾਣਗੀਆਂ ਨੰਬਰ 11 ਡਿਪਰੈਸ਼ਨ ਦੀ ਬਿਮਾਰੀ ਹੋਵੇ ਤਾਂ ਪੁਦੀਨੇ ਦੀ ਖੁਸ਼ਬੂ ਸੁੰਘੋ ਚੰਗਾ ਮਹਿਸੂਸ ਹੋਵੇਗਾ ਨੰਬਰ 12 ਖਾਲੀ ਪੇਟ ਸੇਬ ਖਾਣ ਨਾਲ ਕਬਜ਼ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 13 ਸੁੱਕਾ ਪੁਦੀਨਾ ਸਰੀਰ ਉੱਪਰ ਮਲ ਲੈਣ ਨਾਲ ਸਰੀਰ ਦੇ ਦਾਗ ਖਤਮ ਹੋ ਜਾਂਦੇ ਹਨ ਨੰਬਰ 14 ਅਦਰਕ ਦਾ ਰਸ ਬਾਹਾਂ ਉੱਪਰ ਲਗਾਉਣ ਨਾਲ ਬੁਢਾਪਾ ਜਲਦੀ ਨਹੀਂ ਹੁੰਦਾ ਨੰਬਰ 15 ਰਾਤ ਦੀ ਰਾਣੀ ਦੇ ਪੌਦੇ ਦੀ ਜੜ੍ਹ ਦਾ ਪਾਣੀ ਕੱਟ ਕੇ ਪੀਣ ਨਾਲ ਵਧਿਆ ਹੋਇਆ ਪੇਟ ਘਟਣ ਲੱਗ ਜਾਂਦਾ ਹੈ ਨੰਬਰ 16 ਪਾਣੀ 'ਤੇ ਹਲਦੀ ਮਿਲਾ ਕੇ ਪੀਣ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ ਨੰਬਰ 17 ਬਾਸੀ ਮੂੰਹ ਇੱਕ ਗਿਲਾਸ ਪਾਣੀ ਪੀਣ ਨਾਲ ਇਨਸਾਨ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 18 ਪਿਆਜ਼ ਨੂੰ 4 ਟੁਕੜਿਆਂ ਵਿੱਚ ਕੱਟ ਕੇ ਕਮਰੇ ਵਿੱਚ ਰੱਖ ਲਓ ਜ਼ੁਕਾਮ ਦੀ ਬਿਮਾਰੀ ਨਹੀਂ ਹੋਵੇਗੀ ਨੰਬਰ 19 ਬਾਸੀ ਮੂੰਹ ਲੰਬੇ ਲੰਬੇ ਸਾਹ ਲੈਣ ਨਾਲ ਦਿਲ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਨੰਬਰ 20 ਸਵੇਰੇ ਬਾਸੀ ਮੂੰਹ ਕੱਦੂ ਦਾ ਇੱਕ ਟੁਕੜਾ ਖਾਣ ਨਾਲ ਬਲੱਡ ਪ੍ਰੈਸ਼ਰ ਨੋਰਮਲ ਰਹਿੰਦਾ ਹੈ ਨੰਬਰ 21 ਗੰਨਾ ਚੂਪਣ ਨਾਲ ਬਾਥਰੂਮ ਖੁੱਲ੍ਹ ਕੇ ਆਉਣ ਲੱਗ ਜਾਂਦਾ ਹੈ ਨੰਬਰ 22 ਫਰਿੱਜ ਵਿੱਚੋਂ ਫਲਾਂ ਅਤੇ ਸਬਜ਼ੀਆਂ ਦੀ ਖੁਸ਼ਬੂ ਦੂਰ ਕਰਨ ਦੇ ਲਈ ਇੱਕ ਨਿੰਬੂ ਕੱਟ ਕੇ ਰੱਖ ਦਿਓ ਨੰਬਰ 23 ਕੱਚੀ ਗਾਜਰ ਖਾਣ ਨਾਲ ਖੂਨ ਗਾੜਾ ਨਹੀਂ ਹੁੰਦਾ ਨੰਬਰ 24 ਜੇਕਰ ਹੱਥਾਂ ਪੈਰਾਂ ਦੀ ਸਕਿਨ ਸਖਤ ਹੋ ਜਾਵੇ ਤਾਂ ਧੁੱਪ ਵਿੱਚ ਬੈਠਣ ਨਾਲ ਨਰਮ ਹੋ ਜਾਂਦੀ ਹੈ ਨੰਬਰ 25 ਸੁੱਕੇ ਧਨੀਏ ਦੀ ਚਟਨੀ ਬਣਾ ਕੇ ਖਾਣ ਨਾਲ ਖੰਘ ਰੁਕ ਜਾਂਦੀ ਹੈ ਨੰਬਰ 26 ਬਾਜਰੇ ਦੀ ਰੋਟੀ ਦੁੱਧ ਨਾਲ ਖਾਣ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ ਨੰਬਰ 27 ਪੁਦੀਨੇ ਦੇ ਪੱਤੇ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਨਰਮ ਅਤੇ ਮੁਲਾਇਮ ਹੋ ਜਾਂਦਾ ਹੈ ਨੰਬਰ 28 ਹੱਸਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਇਸ ਲਈ ਸਾਨੂੰ ਦਿਨ ਵਿੱਚ ਇੱਕ ਵਾਰ ਖੁੱਲ੍ਹ ਕੇ ਹੱਸਣਾ ਜ਼ਰੂਰ ਚਾਹੀਦਾ ਹੈ ਨੰਬਰ 29 ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ 20 ਗ੍ਰਾਮ ਗਾਜਰ ਦਾ ਰਸ ਅਤੇ 40 ਗ੍ਰਾਮ ਆਂਵਲੇ ਦਾ ਰਸ ਮਿਲਾ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 30 ਤੁਸੀਂ ਜ਼ਿਆਦਾ ਖਾਣ ਦੀ ਆਦਤ ਤੋਂ ਪਰੇਸ਼ਾਨ ਹੋ ਅਤੇ ਆਪਣੀ ਭੁੱਖ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਖਾਣੇ ਵਿੱਚ ਕਾਲੀ ਮਿਰਚ ਅਤੇ ਹਰੀ ਮਿਰਚ ਦਾ ਸੇਵਨ ਕਰੋ ਹਰੀ ਮਿਰਚ ਨਾਲ ਭੁੱਖ ਘੱਟ ਹੋਣ ਲੱਗ ਜਾਂਦੀ ਹੈ ਅਤੇ ਮੋਟਾਪਾ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 31 ਦੁੱਧ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਔਰਤਾਂ ਬੁੱਢੀਆਂ ਨਹੀਂ ਹੁੰਦੀਆਂ ਨੰਬਰ 32 ਜੇਕਰ ਤੁਹਾਡੇ ਦਿਲ ਵਿੱਚ ਦਰਦ ਹੁੰਦਾ ਹੈ ਤਾਂ 3 ਛੋਟੀਆਂ ਇਲਾਇਚੀਆਂ ਰੋਜ਼ਾਨਾ ਖਾਓ ਫਾਇਦਾ ਹੋਵੇਗਾ ਨੰਬਰ 33 ਜੇਕਰ ਸਰਦੀ ਵਿੱਚ ਖੰਘ ਹੋ ਜਾਵੇ ਤਾਂ ਚੌਕਲੇਟ ਖੰਘ ਦੀ ਦਵਾਈ ਤੋਂ 5 ਗੁਣਾ ਜ਼ਿਆਦਾ ਅਸਰ ਦਿਖਾਉਂਦੀ ਹੈ ਇਸ ਲਈ ਚੌਕਲੇਟ ਦਾ ਜ਼ਿਆਦਾ ਸੇਵਨ ਕਰੋ ਨੰਬਰ 34 ਦਿਲ ਦੇ ਮਰੀਜ਼ ਨੂੰ ਘਿਓ ਦੀ ਬਜਾਏ ਕੁਕਿੰਗ ਆਇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 35 ਜਿਹੜੇ ਬੱਚੇ ਖਾਣਾ ਨਹੀਂ ਖਾਂਦੇ ਉਹਨਾਂ ਨੂੰ ਮਿਸ਼ਰੀ 1 ਕੱਪ ਪਾਣੀ ਵਿੱਚ ਉਬਾਲ ਕੇ ਪਿਆ ਦਿਓ ਬੱਚਾ ਖਾਣਾ ਪੀਣਾ ਸ਼ੁਰੂ ਕਰ ਦੇਵੇਗਾ ਨੰਬਰ 36 ਬਿੱਛੂ ਦੇ ਕੱਟਣ ਵਾਲੀ ਜਗ੍ਹਾ 'ਤੇ ਇਮਲੀ ਦਾ ਘੋਲ ਪਾ ਦਿਓ ਬਿੱਛੂ ਦੇ ਜ਼ਹਿਰ ਦਾ ਅਸਰ ਨਹੀਂ ਹੋਵੇਗਾ ਨੰਬਰ 37 ਜੇਕਰ ਤੁਹਾਡਾ ਪੇਟ ਵੱਧ ਰਿਹਾ ਹੈ ਤਾਂ ਕੱਚਾ ਫਲਸਾ ਖਾਣ ਨਾਲ ਚਰਬੀ ਕੁਝ ਦਿਨਾਂ ਵਿੱਚ ਪਿਘਲਣੀ ਸ਼ੁਰੂ ਹੋ ਜਾਵੇਗੀ ਨੰਬਰ 38 ਮਿੱਠੀ ਅਤੇ ਗਰਮ ਚੀਜ਼ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਨੰਬਰ 39 ਜੇਕਰ ਕਮਰ ਦਰਦ ਹੋਵੇ ਤਾਂ ਲਸਣ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਮਾਲਿਸ਼ ਕਰੋ
नंबर 40 जेकर किसी नूं हैजा हो जावे नींबू अते प्याज दा रस मिला के पीओ फायदा मिलेगा। नंबर 41 जेकर तुसीं अपने चेहरे उपर ग्लो लियाउणा चाहुंदे हो तां हर रोज़ सवेरे चेहरे उपर दही दा लेप लगा लो, तुहाडा चेहरा चमकण लग जाएगा। नंबर 42 दालचीनी अते जायफल नूं बराबर मात्रा विच पीस के सवेर के टाइम शहद नाल चट्टण नाल सर्दी जुकाम तो फायदा मिलता है। नंबर 43 अमरबेल की काढ़ी नूं बालों दीआं जड़ां ते लगाउण नाल बालों का झड़ना अते बालों का सफेद होना ते गंजापण वर्गीआं समस्यावां तो लाभ मिलता है। नंबर 44 पानी विच पुदीना मिला के पीण नाल चेहरे ते शाइयां दूर हो जांदीआं हन। नंबर 45 गर्दन उपर तेल की मालिश करन नाल सुस्ती दूर हो जाती है। अजकल खाने की पैकिंग लई अल्यूमीनियम फॉयल की वरतों तेजी नाल बढ़ गई है और तो इसकी वरतों रेस्टोरेंटा तो लैके घरों तक टिफिन पैक करने भी करदियां हन। यह सच है, इस विच भोजन पैक करन नाल यह लंबे समय तक ताज़ा अते गर्म रहता है, पर इस दे कुछ नुकसान भी हैं जिन्हां बारे तुहानूं पता होना चाहीदा है। असल विच अल्यूमीनियम विच गर्म भोजन लपेटण नाल गर्म हो जाता है अते रसायनिक क्रिया के कारण अल्यूमीनियम के कुछ हिस्से भोजन विच भी मिल जाते हैं। जाणो इस दे नुकसान। नंबर 1 अल्यूमीनियम फॉयल विच गर्म भोजन नूं ज़्यादा देर तक रखण नाल इस विच अल्यूमीनियम की मात्रा मिल जाती है, इस नाल तुहाडी सेहत नूं कई तरह के नुकसान हो सकते हैं। नंबर 2 अल्यूमीनियम फॉयल विच पैक भोजन खाण नाल तुहाडे दिमाग के कुछ हिस्सों नूं नुकसान हो सकता है। नंबर 3 लंबे समय तक इसकी वरतों करन नाल अल्जाइमर भी हो सकता है। अल्जाइमर च दिमाग दे सैल खराब हो जाने हन अते यादाश्त कमजोर हो जाती है। नंबर 4 इसकी ज़्यादा वरतों नाल शरीर दीआं हड्डियां नूं नुकसान हो सकता है। खास तौर पर तेजाब वाली चीज़ों फॉयल पेपर विच नहीं रखना चाहिए, इस नाल रसायनिक प्रतिक्रिया तेज हो सकती है अते नुकसान दे रसायण भोजन विच रल सकते हैं। इन्हां गल्लां नूं ध्यान विच रखो। नंबर 1 अल्यूमीनियम फॉयल विच्चों भोजन कढ़दे समय इस गल दा ध्यान रखो कि इस फॉयल दा कोई टुकड़ा भोजन विच ना रह जावे, जेकर यह पेट विच चला जावे तां ज़्यादा नुकसान हो सकता है। नंबर 2 इस विच रखे भोजन नूं जल्दी तो जल्दी खाण की कोशिश करो। भोजन नूं अल्यूमीनियम फॉयल विच 4 से 5 घंटे तो वध समय तक रखना नुकसानदेह हो सकता है। नंबर 3 भोजन नूं पैक करते समय इसनूं थोड़ा ठंडा होण दिओ। भोजन जिन्ना गर्म होवेगा रसायनिक प्रतिक्रिया की संभावना उन्नी ही ज़्यादा होगी। नंबर 4 भोजन नूं लपेटण लई बटर पेपर जां फूड ग्रेड ब्राउन पेपर की वरतों करना सुरक्षित है। अल्यूमीनियम फॉयल के नुकसान जदों तुसीं इसनूं खाना पकाउण जां पैक करन लई अल्यूमीनियम फॉयल की वरतों करते हो तां इस दे कुछ कारण भोजन विच मिल जांदे हन। खास तौर पर यह समस्या उदों होर गंभीर हो जाती है जदों तुसीं इस विच खट्टा जां बहुत गर्म भोजन पैक करते हो। दरअसल इस कारण भोजन विच लीच होण दा डर वध जांदा है। तुहानूं दस दईए कि जेकर शरीर विच अल्यूमीनियम तत् की मात्रा वध जांदी है तां इस नाल दिमागी प्रणाली दिमाग ते हड्डियां दीआं बीमारियां होण दी संभावना वध जांदी है। बटर पेपर एक गैर स्टिक सतह के नाल सैलूलोज का बनिया एक कागज़ है। यह कागज़ नमी को बरकरार रखने में मदद करता है, इसलिए इसकी वरतों होटलों ते मिठाइया दी दुकानों विच डेयरी उत्पादों की संभाल ते पैकिंग लई कीती जाती है। केड़ा बेहतर है? भोजन नूं पैक करने लई बटर पेपर की वरतों ठीक है, पर जेकर तुसी भोजन नूं कच दे भांडे जां डब्बे विच पैक करो तां बेहतर होवेगा। इस तों इलावा तुसी सिलीकोन कंटेनरां दी वरतों भी कर सकदे हो जो खाने नूं लंबे समय तक ताज़ा रखण च मदद करदे हन। अल्यूमीनियम दी ओवरडोज कारण आइसोपोरस ते किडनी दे फेल होण दा खतरा वध जांदा है, इस लई अल्यूमीनियम पेपर की वरतों ना करन दी सलाह दित्ती जांदी है। नाल ही अल्यूमीनियम दे भांडिआं विच भोजन ना बनाउण बारे भी आख्या गया है। इसलिए सानू सब नूं यह चाहिए है कि खाना पैकिंग करते समय कपड़े के बने हुए पूनी की वरतों करके ही लंच बॉक्स पैक किया जाए ता जो अल्यूमीनियम पेपर तो होने वाली खतरनाक बीमारियों तो खुद ते अपने बच्चों बचाया जा सके। जेकर तुहानू साडियां वीडियोज़ वधिया लगदियां ने तां वीडियो नूं ज़्यादा तो ज़्यादा लाइक शेयर ते चैनल नूं सबसक्राइब करना बिल्कुल भी ना भुल्लो।